ਲੁਟੇਰਿਆਂ ਨੇ ਪਹਿਲਾਂ ਘਰ 'ਚ ਵੜ ਕੇ ਪੀਤਾ ਦੁੱਧ, ਫਿਰ ਦਿੱਤਾ ਲੱਖਾਂ ਦੀ ਲੁੱਟ ਨੂੰ ਅੰਜਾਮ। ਹਥਿਆਰਾਂ ਦੀ ਨੋਕ ਤੇ ਪਰਿਵਾਰ ਨੂੰ ਬਣਾਇਆ ਬੰਦੀ, 20 ਸੋਨੇ ਦੇ ਗਹਿਣਿਆਂ ਸਮੇਤ 2 ਬੰਦੂਕਾਂ ਵੀ ਲੈ ਗਏ ਨਾਲ। ਦੱਸਦੇ ਕਿ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ ਘਰ ਦੇ ਵਿੱਚ ਦਰਜਨ ਦੇ ਕਰੀਬ ਲੁਟੇਰੇ ਘਰ ਦੀ ਕੰਧ ਟੱਪ ਕੇ ਦਾਖਲ ਹੁੰਦੇ ਨੇ, ਜਿਸ ਤੋਂ ਬਾਅਦ ਇਹ ਘਰ ਦੇ ਵਿੱਚ ਵੜ ਕੇ ਹਥਿਆਰਾਂ ਦੀ ਨੋਕ ਤੇ ਪਰਿਵਾਰ ਨੂੰ ਬੰਦੀ ਬਣਾਉਂਦੇ ਨੇ। ਤਾਂ ਪਰਿਵਾਰ ਮੁਤਾਬਕ ਇਹਨਾਂ ਲੁਟੇਰਿਆਂ ਨੇ ਘਰ ਦੇ ਵਿੱਚ ਪਿਆ ਦੁੱਧ ਵੀ ਨਹੀਂ ਛੱਡਿਆ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਪਹਿਲਾਂ ਦੁੱਧ ਪੀਤਾ ਗਿਆ, ਜਿਸ ਤੋਂ ਬਾਅਦ ਇਹ 2 ਘੰਟੇ ਤੱਕ ਘਰ ਦੇ ਅੰਦਰ ਹੀ ਘੁੰਮਦੇ ਰਹਿੰਦੇ ਨੇ। ਤੇ ਇਹਨਾਂ ਦੇ ਵੱਲੋਂ ਘਰ ਦੇ ਵਿੱਚ ਪਏ 20 ਸੋਨੇ ਦੇ ਗਹਿਣੇ, ਲੱਖਾਂ ਦੀ ਨਕਦੀ ਅਤੇ 2 ਬੰਦੂਕਾਂ ਚੋਰੀ ਕੀਤੀਆਂ ਨੇ। ਤੇ ਚੋਰ ਇੰਨੇ ਚਲਾਕ ਸੀ ਕਿ ਜਾਂਦੇ ਜਾਂਦੇ CCTV ਕੈਮਰਿਆਂ ਦੀ DVR ਵੀ ਆਪਣੇ ਨਾਲ ਲੈ ਜਾਂਦੇ ਨੇ। ਦੱਸਦੇ ਕਿ ਪੂਰਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਦਰਜਨ ਤੋਂ ਵੱਧ ਹਥਿਆਰਾਂ ਦੇ ਨਾਲ ਲੁਟੇਰੇ ਘਰ ਦੇ ਵਿੱਚ ਦਾਖਲ ਹੋ ਕੇ ਪਰਿਵਾਰ ਦੇ ਨਾਲ ਕੁੱਟਮਾਰ ਕਰਦੇ ਨੇ ਤੇ ਲੱਖਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਦੱਸਦੇ ਕਿ ਲੁਟੇਰੇ ਇਹ ਘਰ ਦੇ ਵਿੱਚ 2 ਘੰਟਿਆਂ ਤੱਕ ਘੁੰਮਦੇ ਰਹੇ ਤੇ ਤਲਾਸ਼ੀ ਲੈਣ ਤੋਂ ਬਾਅਦ ਲੱਖਾਂ ਰੁਪਏ ਦੀ ਨਕਦੀ ਸਮੇਤ ਸੋਨੇ ਦੇ ਗਹਿਣੇ ਅਤੇ ਬੰਦੂਕਾਂ ਆਪਣੇ ਨਾਲ ਲੈ ਜਾਂਦੇ ਨੇ। ਸੰਬੰਧੀ ਪਰਿਵਾਰ ਦਾ ਕਹਿਣਾ ਸੀ ਕਿ ਲੁਟੇਰੇ ਘਰ ਦੇ ਵਿੱਚ ਪਿਆ ਦੁੱਧ ਵੀ ਨਹੀਂ ਛੱਡਦੇ ਤੇ ਉਹ ਵੀ ਪੀ ਜਾਂਦੇ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਰਾਤ 1:00 ਵਜੇ ਮਤਲਬ ਪਿੱਛੋਂ ਦੀ ਕੰਧ ਚੜ੍ਹ ਕੇ 10-12 ਬੰਦੇ ਅੰਦਰ ਆਏ, ਜਿੱਥੇ ਇਹਨਾਂ ਨੂੰ ਕਾਬੂ ਕਰ ਲਿਆ ਉਹਨਾਂ ਨੇ, ਇਹਨਾਂ ਦੋਵਾਂ ਜੀਆਂ ਨੂੰ ਉਹਨਾਂ ਨੇ ਬੰਨ ਲਿਆ ਵਾ ਅਤੇ ਇਹਨਾਂ ਦੀ ਸਾਰੀ ਤਲਾਸ਼ੀ ਦੇ ਕੇ ਇਹਨਾਂ ਦੇ ਗਹਿਣੇ ਜੋ ਜਿੰਨਾ ਗਹਿਣਾ ਸੀਗਾ ਅਤੇ ਜਿੰਨਾ ਜੋ ਰਾਈਫਲ ਸੀਗੀ ਅਤੇ ਜੋ ਸਮਾਨ ਸਾਰਾ ਸੀ, ਸਾਰੀ ਫੋਟਾ ਫਰਾਈ ਕਰਕੇ ਜੋ ਉਹਨਾਂ ਦੇ ਚੰਗਾ ਸਮਾਨ ਸਾਰਾ ਸੀਗਾ ਅਤੇ 2 ਲੱਖ ਰੁਪਈਆ ਸੀਗਾ ਉਹ ਵੀ ਲੈ ਗਏ ਆ। ਇਹਨਾਂ ਨੂੰ ਕੁੱਟਦੇ ਰਹੇ ਆ, ਇਹਦੇ ਮੂੰਹ 'ਚ ਪਾਣੀ ਪਾ ਕੇ ਇਹਨੂੰ ਗਲੋਂ ਫੜ ਕੇ ਘੁੱਟ ਕੇ ਜਦੋਂ ਇਹਦੀ ਜਾਨ ਨਿਕਲਣ ਲੱਗਦੀ ਸੀ ਉਦੋਂ ਪਾਣੀ ਪਾਉਂਦੇ ਇਹਦੇ ਮੂੰਹ ਦੇ ਵਿੱਚ। ਉਹਨਾਂ ਬਹੁਤ ਜ਼ਿਆਦਾ ਇੱਥੇ ਤਸ਼ੱਦਦ ਕੀਤਾ ਅਤੇ ਸਮਾਨ ਵੀ ਸਾਰਾ ਲੈ ਗਏ। ਫਿਰ ਸਾਨੂੰ ਇਹਨਾਂ ਨੇ ਘੰਟਾ ਬਾਅਦ ਉਹਨਾਂ ਧੋਖਾ ਮਾਰਿਆ ਇਹਨਾਂ ਨੂੰ ਕਿ ਤੁਸੀਂ ਦੱਸਿਓ ਨਾ ਕਿਸੇ ਨੂੰ। ਇਹਨਾਂ ਸਾਨੂੰ ਫਿਰ ਜਦੋਂ ਚਿਰ ਗਏ ਆ ਉਦੋਂ 1/2 ਘੰਟਾ ਬਾਅਦ ਸਾਨੂੰ ਦੱਸਿਆ, ਫਿਰ ਅਸੀਂ ਇਹਨਾਂ ਵੀ ਘੱਟੋ ਘੱਟ ਦਵਾਈ ਦੁਈ ਦਵਾ ਕੇ ਲਿਆਏ ਹਾਂ ਅਤੇ ਸਿਰੇ ਆਪਣੇ ਮੁਲਾਜ਼ਮ ਆ ਗਏ ਆ ਉਹ ਆਪਣੀ ਕਾਰਵਾਈ ਚੱਲ। ਕਿੰਨਾ ਚਿਰ ਰੁਕੇ ਘਰ? ਉਹ ਰਾਤ 1 ਘੰਟਾ ਘਰ ਰਹੇ, ਘੰਟਾ ਸਵਾ ਕੇ ਕੀ ਲੈ ਗਏ ਸਮਾਨ? ਸਮਾਨ ਗਹਿਣਾ ਸੀਗਾ, 20 ਤੋਲੇ ਗਹਿਣਾ ਲੈ ਗਏ। ਹਾਂਜੀ 20 ਤੋਲੇ ਗਹਿਣਾ ਲੈ ਗਏ, 20 ਚੂੜੀਆਂ ਸੀਗੀਆਂ ਅਤੇ 2 ਲੱਖ ਰੁਪਈਆ ਸੀਗਾ ਅਤੇ ਰਾਈਫਲ ਸੀਗੀ, ਰਿਵਾਲਵਰ ਸੀਗਾ ਅਤੇ ਹੋਰ ਜਿਹੜਾ ਕੱਪੜਾ ਜੋ ਕੁਛ ਸਮਾਨ ਸਾਰਾ ਘਰ। ਰਾਈਫਲ 12 ਬੋਰ ਰਾਈਫਲ ਸੀਗਾ ਅਤੇ ਪਿਸਟਲ ਸੀਗਾ ਇੱਕ ਪਿਸਟਲ ਮੌਜਰ ਸੀਗਾ। ਕੈਮਰੇ ਵਿੱਚ ਕੈਦ ਹੋਈ ਘਰ? ਕੈਮਰੇ ਉਹ ਲੈ ਗਏ, ਸਕਰੀਨ ਦੀ ਕੈਮਰੇ ਤੋੜ ਕੇ ਲੈ ਗਏ। ਅਤੇ ਰਾਤ ਸੁੱਤਿਆਂ ਪਿਆਂ ਤੋਂ ਆਏ ਆ ਅੰਦਰ ਆਣ ਕੇ ਅਤੇ ਸਰਦਾਰ ਉਹਨਾਂ ਨੂੰ ਡੇ ਪਿਆ ਕਿ ਝੋਲੜ ਕੁੱਟਣ ਅਤੇ ਮੈਨੂੰ 2-2 ਜਾਗ ਆਈ ਆ ਅਤੇ ਮੈਂ ਪੁੱਛਿਆ ਉਹਨਾਂ ਨੂੰ ਵੀ ਵੀਰ ਕੀ ਵੀ ਇਹਨੂੰ ਕਿਉਂ ਮਾਰਦੇ ਜੀ? ਅਤੇ ਆਖਣ ਲੱਗੇ ਜੇ ਤੁਸੀਂ ਕੂਏ ਨਾਲ ਤੁਹਾਨੂੰ ਅਸੀਂ ਗੋਲੀ ਨਾਲ ਮਾਰ ਦੇਣਾ ਅਤੇ ਚੁੱਪ ਕਰਕੇ ਬਹਿ ਜਾਓ। ਅਸੀਂ ਕਿਹਾ ਵੀ ਅਸੀਂ ਵੀਰ ਬੈਠਿਆਂ ਜੋ ਤੁਹਾਡਾ ਜੀ ਕਰਦਾ ਤੁਸੀਂ ਆਪਣੀ ਤਸੱਲੀ ਨਾਲ ਜੋ ਮਰਜ਼ੀ ਕਰੋ ਅਤੇ ਅਸੀਂ ਮੁੜ ਕੇ ਨਹੀਂ ਮੰਜੇ ਤੋਂ ਹਿੱਲੇ। ਅਤੇ ਉਹ ਆਪਣੀ ਤਸੱਲੀ ਨਾਲ ਸਭ ਕੁਛ ਲੁੱਟ ਪੁੱਟ ਕੇ ਗਹਿਣਾ ਪੈਸੇ ਹਥਿਆਰ ਵੀ 2 ਲੈ ਗਏ ਆ। ਫਿਰ ਉਹ ਆਪਣੀ ਮਰਜ਼ੀ ਨਾਲ ਗਏ ਅਤੇ ਸਾਡਾ ਬੂਹਾ ਢੋ ਗਿਆ। ਮੁੜ ਕੇ 1/2 ਘੰਟੇ ਪਿੱਛੋਂ ਬੂਹਾ ਖੋਲ੍ਹਿਆ ਆਪਦਾ ਅਤੇ ਫਿਰ ਅਸੀਂ ਆਪਣੇ ਭਾਈਚਾਰੇ ਨੂੰ ਰੌਲਾ ਰੌਲਾ ਪਾ ਕੇ ਦੱਸਿਆ ਅਤੇ ਫਿਰ ਇਹ ਉੱਠ ਕੇ ਆਈ ਹੈ। ਕਿੰਨਾ ਚਿਰ ਰਹੇ ਇੱਥੇ? ਰਾਤ ਕੀ ਕਰਦੇ? ਸਾਡੇ 2 ਘੰਟੇ ਰਹੇ ਨੇ, ਸਭ ਤਲਾਸ਼ੀਆਂ ਕੀਤੀਆਂ ਉਹਨਾਂ ਨੇ। ਰੋਟੀ ਪਾਣੀ ਨਾ? ਦੁੱਧ ਪੀ ਗਿਆ ਫਰਿੱਜ ਦੇ ਵਿੱਚੋਂ, ਹੋਰ ਕੁਛ ਨਹੀਂ ਖਾਧਾ। ਕੈਮਰੇ DVR ਲਾਏ? ਹਾਂਜੀ ਹਾਂਜੀ, ਉਹ ਲਾ ਕੇ ਲੈ ਗਏ। ਤੁਹਾਡੇ ਪਰਿਵਾਰ 'ਚ ਹੋਰ ਕੌਣ ਹੁੰਦਾ ਘਰ 'ਚ? ਅਸੀਂ ਦੋਵੇਂ ਜਾਣੇ ਹੀ ਆ। ਬੱਚੇ ਬਾਹਰ ਗਏ ਸਨ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਸਾਨੂੰ ਇਨਸਾਫ਼ ਜੋੜਨਾ ਚਾਹੀਦਾ ਵੀ ਕੌਣ ਬੰਦੇ।
ਇਹ ਫੜਨੇ ਚਾਹੀਦੇ ਜਿਸ ਤਰ੍ਹਾਂ ਵੀ ਫੜੇ ਜਾ। ਇਹ 10-12 ਜਾਣੇ ਹੋਣੇ, 7 ਜਾਣੇ ਤੇ ਸਾਡੇ ਸਰਾਣੇ ਹੀ ਸੀ ਤੇ 4 ਜਾਣੇ ਅੰਦਰ ਵੜੇ ਸੀ ਜੀ ਤੇ 2-3 ਜਾਣੇ ਬਾਹਰ ਲੋਬੀ 'ਚ ਬੋਲਦੇ ਸੀ। ਸਾਨੂੰ ਨਹੀਂ ਪਤਾ ਉਹ ਕੀ ਆਉਂਦੇ ਸੀ ਅਤੇ ਕੀ ਕਰਦੇ ਸੀ। ਜਦੋਂ ਨਾ ਸਾਨੂੰ ਮੰਜੇ ਤੋਂ ਨਹੀਂ ਉੱਠਣ ਦਿੱਤਾ ਤਾਂ ਅਸੀਂ ਚੁੱਪ ਕਰਕੇ ਬੈਠੇ ਰਹੇ। ਫਿਰ ਅੱਜ ਰਾਤ ਕਰੀਬ 1 ਵਜੇ ਇਹਨਾਂ ਦੇ ਘਰ ਕੰਧਾਂ ਟੱਪ ਕੇ ਨਾਮ ਵਾਲੇ ਵਿਅਕਤੀ ਆਏ ਆ ਅਤੇ ਸੁੱਤੇ ਸੀ ਦੋਵੇਂ, ਜਰਨੈਲ ਸਿੰਘ ਅਤੇ ਧਰਮ ਸਿੰਘ, ਆਪਣੇ ਜਰਨੈਲ ਸਿੰਘ ਅਤੇ ਉਹਦੀ ਪਤਨੀ ਕੰਧ ਸੁੱਤੇ ਸੀ। ਇਹਨਾਂ ਨੂੰ ਇਹਨਾਂ ਨੇ ਫੜ ਲਿਆ ਅਤੇ ਜਿਹੜਾ ਸਮਾਨ ਵਾ ਕਾਫੀ ਚੋਰੀ ਕੀਤਾ ਅਤੇ ਜਾਂਚ ਕਰ ਰਹੇ ਹਾਂ। ਉਹ ਲੈ ਕੇ ਸਮਾਨ ਲੈ ਕੇ ਘਰੋਂ, ਸੋਨਾ ਕੁਝ ਪੈਸੇ ਲੁੱਟ ਕੇ ਲੁੱਟ ਕੇ ਵਗੈਰਾ ਵੀ ਲੈ ਕੇ, ਹਾਂਜੀ ਹਥਿਆਰ ਵੀ ਖੜੇ ਆ, ਉਹ ਹੁਣ ਜਾਂਚ ਚੱਲ ਰਹੀ ਆ। ਸੀਸੀਟੀਵੀ ਕੈਮਰੇ ਤੇ ਲੱਗੇ ਸੀ, ਸੀਸੀਟੀਵੀ ਕੈਮਰੇ ਉਹ ਪੁੱਟ ਕੇ ਲੈ ਗਏ ਡੀਆ। ਕਿੰਨਾ ਕੁ ਸੋਨਾ ਤਕਰੀਬਨ ਲੈ ਗਏ ਹੁਣ, ਕਿਤੇ ਕਿੰਨਾ ਕੈਸ਼? ਅਜੇ ਚੱਲਣ ਦੇ ਲਿਖਣ ਦੇ ਕਾਰਵਾਈ, ਜੇ ਲਿਖਾਉਣਗੇ ਕਿੰਨਾ ਹੁੰਦੇ ਜਾਂ